हेलो जी, गुड मॉर्निंग, नमस्ते, सलाम आदाब, सत श्री अकाल, राधे राधे सारियां नूं। सोनिया वर्मा ब्लॉग्स दे विच तुहाडा सारियां दा स्वागत है। किवें हो सर? मैं उम्मीद करदे सारे ठीक ही होणे आ, पर हुण ठंड थोड़ी घट है। बाकी सभा दे दिन शुरू हो गए आ, 25, 26, 27 तीन दिन की शोक सभा जिहड़ी शहीदी जोड़ मेला वह लगता फतेहगढ़ दे विच। ਸਰਦੀ ਦੇ ਮੌਸਮ ਵਿੱਚ ਪ੍ਰਾਂਚਲ ਖਾ ਰਿਹਾ ਮੂੰਗਫਲੀ, ਟੇਸਟੀ ਟੇਸਟੀ। ਮੈਂ ਖਾ ਰਹੀ ਹਾਂ ਗੱਚਾ, ਗੱਚੇ ਗੁੜ ਕੀ ਚਿੱਕੀ। ਦੇਖੋ ਪ੍ਰਾਂਚਲ ਮੂੰਗਫਲੀ ਖਾਣੇ ਦਾ ਸਟਾਈਲ, ਪਹਿਲੇ ਮੂੰਹ ਮੇ ਪਾੜੀ, ਫਿਰ ਖੋਲ ਲਈ, ਫਿਰ ਦਾਣੇ ਕੱਢੇ, ਫਿਰ ਮੂੰਹ ਦੇ ਵਿੱਚ। ਸਾਡਾ ਪ੍ਰਾਂਜਲ ਹੈ ਸ਼ਰਮੀਲਾ। ਦੇਖੋ ਨੇ ਹੱਸੀ ਜਾਣਾ ਇੱਧਰ ਕੋਲ ਮੰਮਾ, ਜਦ ਤੱਕ ਤੁਸੀਂ ਦੇਖ ਲਓ ਨਾ ਪ੍ਰਾਂਜਲ, ਮੈਨੇ ਹੱਸੀ ਜਾਣਾ ਸ਼ਰਮਾਈ ਜਾਣਾ। ਜੀ ਗਰਮਾ ਗਰਮ ਸਮੋਸੇ ਪੰਜੂ ਦੀ ਨਾਨੀ ਲੈ ਕੇ ਆ ਸਪੈਸ਼ਲ, ਨਾਲ ਪਨੀਰ ਦੇ ਪਕੌੜੇ ਨਵੀਂ ਵਾਸਤੇ ਆ, ਨਾਲ ਸੌਸ ਹੈ ਮਿੱਠੀ ਚਟਨੀ ਇਮਲੀ ਵਾਲੀ। ਲਓ ਜੀ ਤੁਸੀਂ ਵੀ ਖਾਓ। ਇਹ ਦੇਖੋ ਮੇਰਾ ਪਨੀਰ ਕਾ ਪਕੌੜਾ। ਲਓ ਜੀ ਹੁਣ ਮੈਂ ਆ ਚੁੱਕੀ ਹਾਂ ਕਿਚਨ ਦੇ ਵਿੱਚ, ਅਤੇ ਥੋੜ੍ਹੀ ਜਿਹੀ ਆਪਾਂ ਤਿਆਰੀ ਕਰਾਂਗੇ। ਮਿਕਸ ਵੈਜੀਟੇਬਲ ਚਾਵਲ ਬਣਾਵਾਂਗੇ, ਚੌਲ, ਆਲੂ ਪਾਵਾਂਗੇ ਵਿੱਚ, ਹਰੇ ਮਟਰ ਔਰ ਗਾਜਰ ਕਟਿੰਗ ਕਰ ਲੈਂਦੇ ਆਪਾਂ ਫਟਾਫਟ, ਨਾਲੇ ਗੱਲਾਂ ਬਾਤਾਂ ਵੀ ਕਰ ਲੈਂਦੇ, ਨਾਲੇ ਕਟਿੰਗ ਕਰ ਲੈਂਦੇ ਹਾਂ ਕਿਉਂਕਿ ਟਾਈਮ ਹੋ ਚੁੱਕਿਆ ਲੰਚ ਦਾ। ਹੁਣ ਸਰਦੀਆਂ ਦੇ ਵਿੱਚ ਤਾਂ ਟਾਈਮ ਦਾ ਪਤਾ ਹੀ ਨਹੀਂ ਲੱਗਦਾ, ਕਦੇ ਟਾਈਮ ਨਿਕਲ ਜਾਂਦਾ। ਧੁੱਪ ਬਹੁਤ ਸੋਹਣੀ ਨਿਕਲ ਰਹੀ ਆ ਹੁਣ ਤਾਂ। ਸਰਦੀਆਂ ਦੇ ਵਿੱਚ ਹਰੀਆਂ ਸਬਜ਼ੀਆਂ ਖਾਣ ਨੂੰ ਕਿੰਨੀਆਂ ਮਿਲ ਜਾਂਦੀਆਂ। ਸਾਗ ਹੋ ਗਿਆ ਫੇਵਰੇਟ, ਸਾਗ ਤਾਂ ਤਕਰੀਬਨ ਸਭ ਦਾ ਹੀ ਫੇਵਰੇਟ ਹੁੰਦਾ, ਜਿਹੜੇ ਵੀ ਪੰਜਾਬੀ ਆ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਆ ਜਾਂ ਫੋਰਨਰ ਐਨਆਰ ਆਈ ਹੈ, ਸਭ ਨੂੰ ਇਹ ਸਾਗ ਬਹੁਤ ਪਸੰਦ ਹੈ ਕਿਉਂਕਿ ਇਹ ਬਹੁਤ ਹੀ ਵਧੀਆ ਡਿਸ਼ ਹੈ, ਹੱਥ ਲਈ ਵੀ ਵਧੀਆ। ਲਓ ਜੀ ਆ ਦੇਖੋ ਵੈਜੀਟੇਬਲ ਆਪਾਂ ਕੱਟ ਕਰ ਲਈ ਆ, ਅਤੇ ਹੁਣ ਆਪਾਂ ਇਹਨੂੰ ਵਾਸ਼ ਕਰ ਲੈਣਾ। ਦੇਖੋ ਹਰੇ ਮਟਰ ਹੈ, ਗਾਜਰ ਹੈ, ਪਿਆਜ਼ ਹੈ ਔਰ 1-2 ਆਲੂ ਪਾਏ ਆ। ਆਪਾਂ 1 ਗਲਾਸ ਚਾਵਲ ਦਾ ਬਣਾਵਾਂਗੇ, 3-4 ਜਣਿਆਂ ਦਾ ਸਰ ਜਾਂਦਾ ਇਹਦੇ ਵਿੱਚ, ਬਹੁਤ ਹੈ। ਚਲੋ ਜੀ ਇਹਨੂੰ ਵਾਸ਼ ਕਰ ਲੈਂਦੇ ਹਾਂ। ਮੈਂ ਤੁਹਾਨੂੰ ਸਪੈਸ਼ਲੀ ਕਿਸੇ ਨਾਲ ਮਿਲਵਾਉਣਾ ਚਾਹੁੰਦੀ ਹਾਂ, ਸਵੀਟ ਜਿਹਾ। ਆ ਜਾ, ਇਹ ਹੈ ਮੇਰਾ ਸਵੀਟ ਜਿਹਾ ਭਤੀਜਾ। ਹੈਲੋ ਬੋਲੋ। ਐਸੇ ਕੈਸੇ ਹੋ? ਮੇਰਾ ਨਾਮ ਬੋਲੋ। ਡੁੱਗੂ। ਕਹਾਂ ਸੇ ਹੋ? ਇਧਰ ਇਧਰ ਸਾਹਮਣੇ ਦੇਖੋ, ਗੋਬਿੰਦਗੜ੍ਹ। ਗੋਬਿੰਦਗੜ੍ਹ। ਅੱਛਾ, ਕੀ ਕਰਦੇ ਹੋ? ਆਪਣੀ ਇੰਟਰੋਡਕਸ਼ਨ ਦਿਓ। ਮੇਰਾ ਨਾਮ ਰੁੱਗੂ ਆ, ਮੈਂ 3rd ਕਲਾਸ 'ਚ, ਮੇਰੇ ਸੈਕਸ਼ਨ ਯੈਲੋ ਦੀ ਇੰਟਰਨੈਸ਼ਨਲ ਸਕੂਲ। ਓਕੇ, ਉੱਪਰ ਦੇਖੋ ਉੱਪਰ। ਲਓ ਜੀ ਇਹ ਹੈ ਖੁਸ਼ਾਲ ਵਰਮਾ, ਜੋ ਕਿ ਮੇਰੇ ਕਜ਼ਨ ਬਰੋ ਦਾ ਵੱਡਾ ਬੇਟਾ ਹੈ, ਅਤੇ ਆਪਾਂ ਇਹਨਾਂ ਦੇ ਘਰ ਜਾਵਾਂਗੇ, ਫਿਰ ਮਿਲਵਾਉਂਗੀ ਮੈਂ। ਇਹ ਮਿਲਣ ਆਇਆ ਮੈਨੂੰ ਸਪੈਸ਼ਲੀ, ਹੈਨਾ ਮਿਲਣਾ। ਅੱਛਾ, ਇਹਦਾ ਇੱਕ ਛੋਟਾ ਭਰਾ ਵੀ ਆ, ਉਹਦਾ ਨਾਮ ਹੈ ਸ਼ਿਵਮ ਵਰਮਾ, ਬਹੁਤ ਹੀ ਨੋਟੀ ਔਰ ਸਵੀਟ ਹੈ। ਚਲੋ ਜੀ ਆਪਾਂ ਥੋੜ੍ਹੀ ਦੇਰ ਬਾਅਦ ਮਿਲਦੇ ਹਾਂ, ਅਤੇ ਕੁਝ ਗੱਲਾਂ ਬਾਤਾਂ ਹੋਣ ਤੋਂ ਬਾਅਦ ਸਪੈਸ਼ਲੀ ਮੈਂ ਤੁਹਾਨੂੰ ਮਿਲਵਾਇਆ ਸੀਗਾ ਭਤੀਜੇ ਦੇ ਨਾਲ, ਸੋ ਤੁਸੀਂ ਦੇਖਦੇ ਹੋਣੇ ਆ ਕਿੰਨਾ ਹੈਲਦੀ। ਚਲੋ ਵਧੀਆ, ਅੱਛੀ ਗੱਲ ਹੈ, ਸਵੀਟ ਬੱਚੇ ਸਭ ਨੂੰ ਪਸੰਦ ਲੱਗਦੇ ਆ। ਅਤੇ ਹੁਣ ਆਪਾਂ ਕਰਾਂਗੇ ਲੰਚ ਦੀ ਤਿਆਰੀ,
ਤੇ ਲੰਚ ਦੇ ਵਿੱਚ ਬਣਾਵਾਂਗੇ ਨਮਕੀਨ ਚਾਵਲ ਯੈਲੋ ਰਾਈਸ ਵਿਦ ਵੈਜੀਟੇਬਲ ਕਾਫੀ ਵਾਰ ਮੈਂ ਰੈਸਪੀ ਸ਼ੇਅਰ ਕਰ ਚੁੱਕੀ ਹਾਂ ਫਿਰ ਅੱਜ ਤੋਂ ਇੱਕ ਵਾਰੀ ਸ਼ੇਅਰ ਕਰ ਦੂੰਗੀ ਮੈਂ ਪਹਿਲਾਂ ਵੈਜੀਟੇਬਲ ਵਾਸ਼ ਕਰ ਲੈਂਦੀ ਚੰਗੀ ਤਰ੍ਹਾਂ ਫਿਰ ਦਿਖਾ ਇਹ ਵਾਲਾ ਇੱਕ ਗਲਾਸ ਆਪਾਂ ਚਾਵਲ ਦਾ ਲੈ ਲੈਣਾ एक गिलास मैं चावल का ले लिया आ देखो इनू भी आप वॉश कर लेना चंगी तरह चलो जी हम आप वॉश कर लेने तो गैस वाल चलते हैं लो जी कुकर आप रखता ਜਦ ਇਹ ਪੂਰੀ ਤਰ੍ਹਾਂ ਡਰਾਈ ਹੋ ਚੁੱਕਿਆ ਫਿਰ ਆਪਾਂ ਇਹਦੇ ਵਿੱਚ ਆਇਲ ਜਾਂ ਕੁਕਿੰਗ ਆਇਲ ਕੁਛ ਵੀ ਤੁਸੀਂ ਐਡ ਕਰ ਲਿਓ ਜੋ ਵੀ ਤੁਸੀਂ ਖਾਂਦੇ ਹੋ ਮੈਂ ਪਾਉਂਗੀ ਇਹਦੇ ਵਿੱਚ ਰਿਫਾਈਨਡ ਆਇਲ ਇੱਕ ਵੱਡਾ ਚਮਚ ਆਪਾਂ ਆਇਲ ਐਡ ਕਰ ਲੈਣਾ ਆਇਲ ਗਰਮ ਹੋ ਚੁੱਕਿਆ ਹਿੰਗ ਐਡ ਕਰ ਦਾਂਗੇ ਜੀਰਾ ਬਰਾਊਨ ਕਰ ਲੈਣਾ ਵੈਜੀਟੇਬਲਸ ਐਡ ਕਰ ਦੇਣੀਆਂ ਥੋੜ੍ਹਾ ਫਰਾਈ ਕਰ ਲਾਂਗੇ ਦੋ ਤਿੰਨ ਮਿੰਟ ਆਪਾਂ ਜੀ ਮਸਾਲੇ ਸਬਜ਼ੀਆਂ ਮੇਰੀਆਂ ਫਰਾਈ ਹੋ ਚੁੱਕੀਆਂ ਨੇ ਅਤੇ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰਾਂਗੇ ਨਮਕ ਅਕੋਰਡਿੰਗ ਟੂ ਯੋਰ ਟੇਸਟ ਲਾਲ ਮਿਰਚ ਪਾਊਡਰ ਜੇ ਪਾਣੀਆਂ ਦਾ ਪਾ ਲਿਓ ਜੇ ਨਹੀਂ ਖਾਂਦੇ ਤਾਂ ਤੁਸੀਂ ਹਰੀ ਮਿਰਚ ਵੀ ਐਡ ਕਰ ਸਕਦੇ ਹੋ ਥੋੜ੍ਹੀ ਜਿਹੀ ਮੈਂ ਐਡ ਕਰ ਦੂੰਗੀ ਹਲਦੀ ਪਾਊਡਰ ਥੋੜ੍ਹਾ ਜਿਹਾ ਹਲਦੀ ਪਾਊਡਰ ਐਡ ਕਰ ਦਾਂਗੇ ਅਤੇ ਅਦਰਕ ਔਰ ਹਰੀ ਮਿਰਚ ਦਾ ਪੇਸਟ ਆਪਣੇ ਹਿਸਾਬ ਨਾਲ ਪਾ ਲਿਓ ਤੁਸੀਂ ਜਿੰਨਾ ਖਾਂਦੇ ਅਤੇ 2.5 ਗਲਾਸ ਤੁਸੀਂ ਆਹ ਵਾਲੇ ਨਾ ਜਿਹੜੇ ਚਾਵਲ ਲਏ ਇਹੀ ਤੁਸੀਂ ਪਾਣੀ ਦਾ ਐਡ ਕਰ ਦੇਣੇ ਆ ਹੁਣ ਆਪਾਂ ਇਹਨੂੰ ਇੱਕ ਵੀ ਸਲਾਨ ਦੇਵਾਂਗੇ ਸਟੀਮ ਕੱਢਣੀ ਨਹੀਂ ਹੈਗੀ ਅਤੇ ਚਾਵਲ ਐਡ ਕਰ ਦੇਣੇ ਆ ਜਿਹੜਾ ਐਕਸਟਰਾ ਪਾਣੀ ਆ ਆਪਾਂ ਸਾਰਾ ਕੱਢ ਦੇਣਾ ਚਾਵਲ ਦੇ ਵਿੱਚੋਂ ਅੱਛੀ ਤਰ੍ਹਾਂ ਵਾਸ਼ ਕਰਕੇ ਆਪਾਂ ਪਾਉਣੇ ਆ ਇਹਨੂੰ ਮਿਕਸ ਕਰ ਲੈਣਾ ਅਤੇ ਆਪਾਂ ਢੱਕਣ ਕਰ ਦੇਣਾ ਬੰਦ ਇੱਕ ਵਿਸਲ ਆਉਣ ਦੇਵਾਂਗੇ ਅਤੇ ਉਸ ਤੋਂ ਬਾਅਦ ਇਹਨੂੰ ਇਸੇ ਤਰ੍ਹਾਂ ਔਫ ਕਰ ਦੇਣਾ ਸਟੀਮ ਨਹੀਂ ਕੱਢਣੀ ਬਾਅਦ ਵਿੱਚ ਆਪਾਂ ਹਰਾ ਧਨੀਆ ਕੱਟ ਕੇ ਪਾ ਦੇਣਾ ਚਾਵਲ ਆਪਣੇ ਬਣ ਚੁੱਕੇ ਹਾਂ ਅਤੇ ਨਾਲ ਪੀਵਾਂਗੇ ਲੱਸੀ ਸਰਦੀਆਂ ਦੇ ਵਿੱਚ ਜੇ ਲੱਸੀ ਪਾਣੀ ਹੋਵੇ ਨਾ ਅਗਰ ਤੁਹਾਨੂੰ ਠੰਡੀ ਲੱਗਦੀ ਹੈ ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਕੋਸਾ ਪਾਣੀ ਪਾ ਲਿਓ ਕਰਕੇ ਪਾਣੀ ਪਾਉਣਾ ਲਓ ਜੀ ਚਾਵਲ ਦੇਖੋ ਖਿਲੇ ਖਿਲੇ ਬਿਲਕੁਲ ਹੁਣ ਆਪਾਂ ਇਹਦੇ ਵਿੱਚ ਧਨੀਆ ਐਡ ਕਰ ਦੇਣਾ
ਹੋ ਗਿਆ ਅੱਜ ਦਾ ਆਪਣਾ ਲੰਚ ਵੀ ਵੀਡੀਓ ਬਣਾ ਬਣਾ ਕੇ ਮਿਕਸ ਗਲਾਸ ਉੱਪਰ ਵੀ ਪਾਈ ਨੇ ਲਓ ਜੀ ਹੁਣ ਆਪਾਂ ਕਰ ਲੈਣੇ ਲੰਚ